ਮੱਥਾ ਟੇਕ ਕੇ ਆਈ, ਅਰਦਾਸ ਕਰਾ ਕੇ ਆਈ ਵੀ ਤੇਰਾ ਪਿਓ ਛੇਤੀ ਬਾਹਰ ਆ ਜੇ। ਕੋਈ ਨਾ ਮਾਂ, ਤੂੰ ਫਿਕਰ ਨਾ ਕਰ, ਉਹ ਰੱਬ ਹੀ ਕਰੂਗਾ ਸਾਰਾ ਕੁਛ। ਆਪਣਾ ਹੁਣ ਵੀ ਤਾਂ ਉਹਨੇ ਸਾਥ ਦਿੱਤਾ ਹੀ ਆ, ਨਾਲੇ ਮੈਂ ਤਾਂ ਕਦੇ ਉਹ ਤੋਂ ਭਰੋਸਾ ਚੱਕਿਆ ਹੀ ਨਹੀਂ। ਮੇਰੇ ਨਾਲ ਇੰਨਾ ਕੁਛ ਹੋ ਗਿਆ, ਉਹਨੇ ਹੱਥ ਫੜਿਆ, ਕੋਈ ਗੱਲ ਨਹੀਂ ਅੱਗੇ ਵੀ ਉਹ ਆਪਣਾ ਹੱਥ ਫੜੂਗਾ, ਰੱਬ ਵੀ ਸੱਚਿਆਂ ਨਾਲ ਹੀ ਆ। ਮੰਮੀ ਮੈਂ ਨਾ ਗੁਰੂ ਘਰ ਜਾ ਕੇ ਆਉਂਦੀ ਸੀਗੀ। ਕਿਉਂ, ਘਰ ਦੇ ਕੰਮ ਧੰਦੇ ਨਿਬੜ ਗਏ? ਬਸ ਥੋੜਾ ਮੋਟਾ ਰਸੋਈ ਦਾ ਕੰਮ ਰਹਿ ਗਿਆ। ਕੋਈ ਨਾ ਭੈਣ ਜੀ, ਫਿਰ ਪਹਿਲਾਂ ਕੰਮ ਨਿਬੇੜ ਲੈ, ਫੇਰ ਬਗ ਜੀ ਗੁਰੂ ਘਰ। ਮੇਰੇ ਘਰ ਆਰਾਮ ਲਈ ਹੈ, ਸੱਸ ਸਹੁਰੇ ਨੇ ਮੈਨੂੰ ਘਰੋਂ ਕੱਢਤਾ, ਮੇਰੇ ਦੋ ਜਵਾਕ ਨੇ ਉਹਨਾਂ ਨੇ ਆਪਣੇ ਰੱਖ ਲਏ, ਕਹਿੰਦੇ ਜੀ ਹੁਣ ਤੂੰ ਘਰੇ ਬੜੀ, ਤੈਨੂੰ ਜਿਉਂਦੀ ਨੂੰ ਮਾਰ ਦਾਂਗੇ। ਤੁਸੀਂ ਚੁੱਪ ਕਰੋ ਜੀ, ਰੋਵੋ ਨਾ, ਆਈ ਆ ਜਦੋਂ ਰੱਬ ਕਰੋਪੀ ਹੋ ਜਾਣਾ ਬਸ ਉਦੋਂ ਸਾਰੇ ਪਾਸੇ ਮਾਰਾਂ ਪੈਣ ਲੱਗ ਜਾਂਦੀਆਂ, ਤੁਸੀਂ ਰੋਵੋ ਨਾ ਬਸ। ਪੁੱਤ ਐ ਦੱਸੋ, ਆ ਮੰਮਾ ਦਾ ਪਰਸ ਕੌਣ ਚੱਕ ਕੇ ਲਿਆ ਹੈ? ਪੁੱਤ ਤੂੰ ਕਾਕੇ ਲਿਆ? ਨਾ ਪੁੱਤ, ਇਹ ਚ ਮੰਮਾ ਦੀ ਕੋਈ ਚੀਜ਼ ਹੋਊਗੀ, ਉਰਾ ਪਰਾਂ ਨਾ ਹੋ ਜਾ ਪੁੱਤ। ਆਈ ਕਰਦਾ ਗਾ। ਮੰਮੀ ਇੱਥੇ ਕਦੋਂ ਆ ਕੇ ਬੈਠ ਗਏ, ਉਧਰ ਬਹਿ ਜਾਂਦੇ। ਬਸ ਪੁੱਤ ਉਹੀ ਆ ਗਈ ਸੀਗੀ। ਲੈ ਦੱਸ ਨਾ, ਇੱਥੇ ਪੁਰਾਣੇ ਜੇ ਘਰ ਜਾ ਕੇ ਬੈਠ ਗਈ ਹੈ ਤੇ ਉੱਥੇ ਬੈਠ ਜਾਂਦੀ ਵਧੀਆ, ਉੱਥੇ ਹਵਾ ਤਾਂ ਉੱਥੇ ਵੀ ਚੱਲੀ ਜਾਂਦੀ ਵਧੀਆ। ਚੱਲ ਕੋਈ ਨਾ ਪੁੱਤ, ਮੈਂ ਉੱਥੇ ਬਹਿ ਕੇ ਕੀ ਕਰਨਾ, ਤੇਰੀ ਸੱਸ ਬੈਠੀ ਆ ਉੱਥੇ, ਪਤਾ ਮੈਨੂੰ ਦੇਖ ਕੇ ਨਾ ਐਵੇਂ ਮੂੰਹ ਜਾ ਹੋਰ ਹੋਰ ਬਣਾਈ ਜਾਂਦੀ ਹੈ। ਮੈਂ ਕਿਹਾ ਚੱਲ ਪਰੀ ਚੰਗੀ ਆ ਇਹ ਤੂੰ, ਤਾਂ ਉਰਾਂ ਆ ਗਈ ਸੀ ਮੈਂ। ਚੱਲ ਕੋਈ ਨਾ ਮੰਮੀ, ਤੂੰ ਗੁੱਸਾ ਨਾ ਕਰ ਉਹਨਾਂ ਦੀਆਂ ਗੱਲਾਂ ਦਾ, ਨਾਲੇ ਮੰਮੀ ਦਾ ਤਾਂ ਸੁਭਾਅ ਹੀ ਆ, ਉਹਦੇ ਦੇਖਿਆ ਨੀ ਕਾਲੇ ਨੂੰ ਵੇਖ ਕੇ ਕਿਵੇਂ ਮੂੰਹ ਵੱਟਦੀ ਸੀਗੀ, ਇਹ ਤਾਂ ਆਈ ਆ, ਹਰੇਕ ਨੂੰ ਐਂ ਕਰਦੀ ਆ, ਤੂੰ ਇਹਦੀਆਂ ਗੱਲਾਂ ਦਿਲ ਤੇ ਨਾ ਲਾਇਆ ਕਰ। ਪੁੱਤ ਮੈਂ ਮੰਨਦੀ ਆ ਤੇਰੀ ਗੱਲ, ਪਰ ਆਪ ਨੂੰ ਦੇਖ ਕੇ ਫਿਰ ਚੰਗਾ ਨੀ ਨਾ ਲੱਗਦਾ। ਮੈਨੂੰ ਐਂ ਜੇ ਲੱਗਦਾ ਵੀ ਪਤਾ ਨੀ ਕਿਉਂ ਇਹ ਐਂ ਕਰੀ ਜਾਂਦੀ ਹੈ, ਮੇਰੇ ਕਰਕੇ ਹੀ ਕਰਦੀ ਹੋਊਗੀ। ਨਹੀਂ ਨਹੀਂ ਮੰਮੀ, ਜਦੋਂ ਮੈਂ ਜਾਂ ਲਾਡੀ ਤੈਨੂੰ ਕੁਛ ਨੀ ਕਹਿੰਦੇ, ਤੂੰ ਮੰਮੀ ਤੋਂ ਕੀ ਲੈਣਾ? ਦਰਜਾ ਤਾਂ ਮਹਿਸੂਸ ਹੁੰਦਾ ਹੀ ਆ ਪੁੱਤ ਮਨ ਚ, ਕਿੱਥੋਂ ਮੈਂ ਤੇਰੇ ਨਾਲ ਆ ਗਈ ਉਰੇ, ਮੈਂ ਤਾਂ ਉੱਥੇ ਹੀ ਚੰਗੀ ਸੀ। ਮੰਮੀ ਕੱਲੀ ਉੱਥੇ ਕੀ ਕਰਦੀ ਤੂੰ, ਮੈਨੂੰ ਐਂ ਦੱਸ, ਡੈਡੀ ਤਾਂ ਜੇਲ੍ਹ ਚ ਬੈਠਾ ਹੈ, ਜੇ ਤੈਨੂੰ ਉੱਥੇ ਕੁਛ ਹੋ ਜਾਂਦਾ ਤੈਨੂੰ ਕੌਣ ਸਾਂਭਣਾ ਲਾ? ਮੈਨੂੰ ਦੱਸੀ ਪੁੱਤ, ਕੁਛ ਨੀ ਹੁੰਦਾ ਸੀ, ਇੱਥੋਂ ਨਾਲ ਤਾਂ ਚੰਗੀ ਸੀਗੀ। ਠੀਕ ਹੈ, ਕੀ ਚੰਗੀ ਸੀਗੀ ਮਾਂ, ਉੱਥੇ ਕੱਲੀ ਬੈਠੀ ਰੋਈ ਜਾਂਦੀ ਹਨਾ, ਕੀ ਚੰਗੀ ਸੀਗੀ? ਕੋਈ ਗੱਲ ਨੀ, ਮੈਂ ਕਰਦੀ ਮੰਮੀ ਨਾਲ ਗੱਲ ਜੇ ਤੈਨੂੰ ਕੁਛ ਏਦਾਂ ਦਾ ਲੱਗਦਾ ਤਾਂ। ਨਾ ਨਾ ਪੁੱਤ, ਐਵੇਂ ਤੈਨੂੰ ਕੁਛ ਹੋਰ ਬੋਲੂ। ਮੈਨੂੰ ਕੀ ਬੋਲ ਦੂਗੀ ਜਦੋਂ ਹੁਣ ਆਪਣੀ ਕੋਈ ਗਲਤੀ ਨੀ, ਸਾਰੀ ਸੱਚਾਈ ਇਹਨਾਂ ਦੇ ਸਾਹਮਣੇ ਆ ਗਈ, ਹਜੇ ਵੀ ਇਹਨਾਂ ਦੇ ਮੂੰਹ ਸਿੱਧੇ ਨਹੀਂ ਹੁੰਦੇ। ਮੈਂ ਗੱਲ ਕਹਾਂ, ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੋ ਸਕਦੀ ਤੇ ਮੰਮੀ ਵੀ ਕਦੇ ਸਿੱਧੀ ਨਹੀਂ ਹੋ ਸਕਦੀ। ਉਹ ਮੈਂ ਤੇਰੀ ਗੱਲ ਮੰਨਦੀ ਆ ਪੁੱਤ, ਤੇਰੀਆਂ ਸਾਰੀਆਂ ਗੱਲਾਂ ਜਾਇਜ਼ ਨੇ, ਮੈਂ ਮੰਨਦੀ ਆ, ਪਰ ਹੁਣ ਕੀ ਕਰੀਏ, ਬਦਲ ਤਾਂ ਸਕਦੇ ਨੇ, ਹੁਣ ਇਹਨਾਂ ਨੂੰ ਜਿਹੇ ਜਿਹੇ ਸੁਭਾਅ ਹੈਗੇ ਨੇ ਇਹਨਾਂ ਦੇ, ਤਾਂ ਉਹੋ ਜਿਹੇ ਰਹਿਣਗੇ ਪੁੱਤ। ਬਸ ਫਿਰ ਮੰਮੀ, ਜੇ ਤੈਨੂੰ ਪਤਾ ਵੀ ਇਹਨਾਂ ਦੇ ਸੁਭਾਅ ਇਹੋ ਜਿਹੇ ਆ ਪਹਿਲੇ ਦਿਨ ਤੋਂ ਹੀ, ਫਿਰ ਤੂੰ ਕਿਉਂ ਦਿਲ ਤੇ ਲਾਉਣੀ ਆ? ਤੂੰ ਬਸ ਐਂ ਵੇਖ ਵੀ ਹੁਣ ਆਪਾਂ ਅੱਗੇ ਕਰਨਾ ਕੀ ਆ ਤੇ ਅਰਦਾਸ ਕਰਿਆ ਕਰ ਵੀ ਡੈਡੀ ਬਾਹਰ ਆ ਜੇ ਬਸ। ਪੁੱਤ ਮੈਂ ਤਾਂ 24 ਘੰਟੇ ਇਹੀ ਕਹਿੰਦੀ ਰਹਿੰਦੀ ਆ ਵੀ ਤੇਰਾ ਪਿਓ ਬਾਹਰ ਆ ਜੇ, ਛੇਤੀ ਛੇਤੀ ਤੇਰਾ ਪਿਓ ਬਾਹਰ ਆ ਜੇ, ਜਾਂ ਉਹਦੇ ਨਾਲ ਮੇਰੀ ਕੋਈ ਗੱਲਬਾਤ ਹੋ ਜੇ। ਕੋਈ ਨਾ ਮਾਂ, ਤੂੰ ਫਿਕਰ ਨਾ ਕਰ, ਅਸੀਂ ਤੇਰੇ ਨਾਲ ਆ, ਤੂੰ ਜਮਾਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ, ਤੇ ਰਹੀ ਗੱਲ ਮੰਮੀ ਦੀ, ਕੋਈ ਗੱਲ ਨਹੀਂ, ਮੰਮੀ ਨੂੰ ਅਸੀਂ ਸਮਝਾ ਦਾਂਗੇ, ਨਹੀਂ ਲੜਦੇ ਪਿਆਰ ਨਾਲ ਕਹਿ ਦਾਂਗੇ। ਚੰਗਾ, ਆਇਆ ਪੁੱਤ ਸਰਗੁਣ, ਤੂੰ ਨਾ ਨੂੰ ਲੈ ਸਵੇਰ ਦਾ ਆਈ ਫਿਰਦਾ ਤੂੰ ਹੈ, ਇਹਨੂੰ ਵੀ ਜਮਾਂ ਕੁੜੀ ਨੂੰ ਫਿਕਰ ਨਹੀਂ ਹੈਗੀ, ਇਹਨੂੰ ਵੀ ਨਵਾਉਣਾ ਸੀ, ਇਹਨੂੰ ਵੀ ਨਵਾਉਣਾ ਸੀਗਾ, ਰੋਕੇ ਨਵਾ ਦੇ, ਇਹਨੂੰ ਬੁਖਾਰ ਹੋਇਆ ਪਿਆ ਮੰਮੀ, ਮੈਂ ਤਾਂ ਕਹਿੰਦੀ ਰਹਿਣ ਦੇਗੇ ਨਵਾਉਣ ਨੂੰ ਇਹਨੂੰ, ਫਿਰ ਰਹਿਣ ਦਿੰਨੇ ਆ ਪੁੱਤ। ਹਾਂ ਆ ਜਾ ਪੁੱਤ ਸਰਗੁਣ, ਇਹਨੂੰ ਬਹਿ ਜਾਂਦੇ ਮੰਮੀ ਕੋਲ, ਤੁਸੀਂ ਨਾਨੀ ਕੋਲ ਬਹਿ ਜੇ, ਚੰਗਾ ਨਹੀਂ ਫਿਰ ਨਾ ਜਾਣਾ, ਚਲ ਆ ਜਾਓ, ਚੰਗਾ ਮੈਂ ਲੈ ਕੇ ਜਾਣਾ, ਉਧਰ ਆ ਜਾਓ ਤੁਸੀਂ, ਲੈ ਚੱਲ ਪੁੱਤ ਆ ਗਈ ਕੋਈ ਗੱਲ ਨੀ ਮੈਂ ਆਉਣੀ ਆ। ਲੈ ਤੇਰੀ ਮਾਂ ਉੱਥੇ ਇਕੱਲੀ ਬੈਠੀ ਹੈ,
ਤੇ ਹੋਰ ਮੈਂ ਤਾਂ ਮੰਮੀ ਨੂੰ ਕਿਹਾ ਸੀਗਾ ਵੀ ਇੱਧਰ ਆ ਕੇ ਬੈਠ ਜਾਓ, ਮੰਮੀ ਕਹਿੰਦੇ ਚਿੱਤ ਜਿਹਾ ਔਖਾ, ਕੋਈ ਗੱਲ ਨੀ ਕਹਿੰਦੀ ਮੈਂ ਉੱਥੇ ਬੈਠੀ ਹਾਂ। ਚੱਲ ਕੋਈ ਨੀ ਤੂੰ ਕੰਮ ਧੰਦਾ ਕਰ ਲੈ, ਮੈਂ ਗੱਲਾਂ ਕਰ ਲੈਂਦੀ ਉਹਦੇ ਨਾਲ। ਹਾਂ ਮੈਂ ਬੈਠ ਜੀ ਲੱਗ ਜੂ ਉਹਨੇ ਨਾਲ ਉਹਦਾ ਵੀ। ਲੈ ਇੱਥੇ ਇਕੱਲੀ ਬੈਠੀ ਆ, ਉੱਥੇ ਬਹਿ ਜਾਂਦੀ ਭੈਣੇ ਮੇਰੇ ਕੋਲੇ। ਬਸ ਭੈਣੇ ਜਵਾਕ ਖੇਡੀ ਜਾਂਦੇ ਸੀ, ਮੈਂ ਇਹਨਾਂ ਕੋਲੇ ਆ ਕੇ ਬਹਿ ਗਈ। ਨਾਲੇ ਮੈਂ ਤੈਨੂੰ ਐਂ ਪੁੱਛਦੀ ਆ ਵੀ ਕਾਲੇ ਨੇ ਕੋਈ ਕਰਿਆ ਤੁਹਾਡੇ ਮਸਲੇ ਦਾ ਹੱਲ? ਐਵੇਂ ਫੋਕੀਆਂ ਗੱਲਾਂ ਹੀ ਨੇ ਉਹਦੀਆਂ। ਨਹੀਂ ਨਹੀਂ ਕਰੂਗਾ ਭੈਣ ਜੀ, ਕਹਿ ਕੇ ਗਿਆ ਐ, ਝੂਠੀ ਤਸੱਲੀ ਤਾਂ ਨਹੀਂ ਦਿੰਦਾ ਹੈਗਾ, ਕਰੂਗਾ ਤਾਂ ਹੈਗਾ ਕੰਮ। ਨੀ ਕਿਹੜੇ ਵਹਿਮਾਂ ਚ ਤੁਰੀ ਫਿਰਦੀ ਐ, ਹੁਣੇ ਕੋਈ ਨੀ ਹੱਲ ਕਰਨਾ। ਐਵੇਂ ਉਹਦੇ ਸਿਰ ਤੇ ਛਾਲਾਂ ਮਾਰਦੀ ਐ। ਨਾ ਨਾ ਭੈਣ ਜੀ ਐ ਨਾ ਕਹੋ, ਮੇਰਾ ਦਿਲ ਥੋੜਾ ਹੁੰਦਾ, ਮਸਾਂ ਤਾਂ ਇੱਕ ਉਮੀਦ ਜਾਗੀ ਹੋਈ ਐ। ਚੱਲ ਮੇਰੀ ਗੱਲ ਸੁਣ, ਹੁਣ ਤੈਨੂੰ ਪਤਾ ਇਹਨਾਂ ਗੱਲਾਂ ਦਾ, ਮੈਨੂੰ ਪਤਾ ਐ, ਲੋਕਾਂ ਨੂੰ ਕੀ ਕਹਾਂਗੇ, ਅਗਲੇ ਤਾਂ ਸੌ ਸੌ ਗੱਲਾਂ ਬੋਲਦੇ ਐ। ਮੇਰਾ ਤਾਂ ਆਪ ਗਲੀ ਗਵਾਂਢ ਚ ਨਿਕਲਣਾ ਔਖਾ ਹੋਇਆ ਪਿਆ, ਉੱਥੋਂ ਦੀ ਤੂੰ ਇੱਥੇ ਬੈਠ ਗਈ ਆ ਕੇ। ਮੈਂ ਕੀ ਕਹਾਂ ਭੈਣ ਜੀ ਹੁਣ ਤੁਹਾਨੂੰ, ਬਸ ਤੁਹਾਡਾ ਪੁੱਤ ਹੀ ਲਿਆ ਸੀ, ਮੈਂ ਤਾਂ ਬਥੇਰਾ ਕਿਹਾ ਸੀ ਵੀ ਨਾ ਪੁੱਤ ਮੈਂ ਇੱਥੇ ਰਹਿਣੀ ਆ। ਇਹ ਤਾਂ ਨਿਆਣੇ ਐ, ਇਹਨਾਂ ਨੂੰ ਇਹ ਗੱਲਾਂ ਦੀ ਕਿੱਥੋਂ ਮੱਤ ਐ, ਤੂੰ ਤਾਂ ਸਿਆਣੀ ਐ, ਤੂੰ ਹੀ ਆਪਦੇ ਅਕਲ ਨੂੰ ਹੱਥ ਮਾਰਦੀ ਵੀ ਉੱਥੇ ਕੁੜਮਾਂ ਦੇ ਬਾਹਰ ਬੈਠੀ ਮੈਂ ਸੋਹਣੀ ਲੱਗਦੀ ਆ, ਨਾਲੇ ਆਪਦੇ ਘਰ ਨੂੰ ਜਿੰਦਾ ਲਾਇਆ ਈ, ਇੱਥੇ ਬੈਠੀ ਆ ਤੂੰ। ਕੋਈ ਨਾ ਭੈਣ ਜੀ ਬਗ ਜੂੰਗੀ ਮੈਂ, ਮਨਿੰਦਰ ਨਾਲ ਗੱਲ ਕਰਦੀ ਆ, ਘਰੀ ਜਾਊਂਗੀ ਮੈਂ। ਤੂੰ ਇਹਨਾਂ ਨਾਲ ਕੀ ਗੱਲਾਂ ਕਰਨੀ ਐ, ਤੂੰ ਆਪਦੇ ਦਿਮਾਗ ਤੂੰ ਆਪ ਕੰਮ ਲੈ ਵੀ ਇੱਥੇ ਤੂੰ ਬੈਠੀ ਸੋਹਣੀ ਲੱਗਦੀ ਐ। ਨਾਲੇ ਭਾਈ ਹੁਣ ਜਿਹੜਾ ਕਲੰਕ ਉਹਦੇ ਤੇ ਲੱਗ ਗਿਆ, ਸਾਡੇ ਤੇ ਤਾਂ ਨਾ ਲਾਓ। ਨਾ ਭੈਣ ਜੀ ਤੁਹਾਡੇ ਤੇ ਕਿਹੜਾ ਕਲੰਕ ਲਾਉਂਦੇ ਆ ਅਸੀਂ, ਹੈਂ। ਹੁਣ ਲੋਕਾਂ ਤੋਂ ਕੋਈ ਗੱਲ ਲੁਕੀ ਛਿਪੀ ਤਾਂ ਹੈ ਨਹੀਂ, ਅਗਲਿਆਂ ਨੂੰ ਸਾਰਾ ਹੀ ਪਤਾ ਵੀ ਕਿਹੜੀ ਗੱਲ ਤੋਂ ਜੇਲ੍ਹ ਚ ਗਿਆ। ਮਨਿੰਦਰ ਦਾ ਪਿਓ ਹਜੇ ਤਾਂ ਹੈ ਹੀ ਨਹੀਂ ਭੈਣ ਜੀ, ਐ ਨਾ ਕਹੋ ਤੁਸੀਂ। ਓਹੋ ਭੈਣੇ ਤੂੰ ਤਾਂ ਐਵੇਂ ਸਹਿਦੀਆਂ ਲਈ ਜਾਂਦੀ ਐ, ਘਰੇ ਬੈਠੇ ਬੰਦਿਆਂ ਦਾ ਆਪਾਂ ਨੂੰ ਕੀ ਪਤਾ ਲੱਗਦਾ ਵੀ ਬਾਹਰੇ ਉਹ ਕੀ ਕੁਛ ਕਰਕੇ ਆਉਂਦੇ ਨੇ। ਮੈਨੂੰ ਪਤਾ ਨਾ, ਅੱਧੀ ਕੱਟ ਲਈ ਅੱਧੀ ਰਹਿ ਗਈ, ਜਦੋਂ ਆ ਅੱਧੀ ਚ ਕੁਛ ਨੀ ਕੀਤਾ ਉਹਨੇ ਇਹ ਜਾ, ਹੁਣ ਕੀ ਕਰਨਾ ਉਹਨੇ। ਲੈ ਹੁਣ ਤਾਂ ਸਾਰਾ ਕੁਛ ਸਾਹਮਣੇ, ਤੂੰ ਤਾਂ ਹੁਣ ਵੀ ਨੀ ਪੈਰਾਂ ਤੇ ਪਾਣੀ ਪੈਣ ਦਿੰਦੀ। ਚੱਲ ਦੇਖ ਲਾ ਭਾਈ ਤੇਰੀ ਮਰਜ਼ੀ ਐ, ਬਾਕੀ ਮੈਂ ਤਾਂ ਤੈਨੂੰ ਦੇਖ ਲਾ ਸਿਆਣੀ ਗੱਲ ਹੀ ਕਹੀ ਐ, ਫੇਰ ਵੀ ਸੋਚ ਵਿਚਾਰ ਕਰ ਲਈ। ਕੋਈ ਨਾ ਭੈਣ ਜੀ ਦੱਸ ਕੀ ਕਰਾਂ ਹੁਣ ਮੈਂ। ਮੈਂ ਤਾਂ ਪਹਿਲੀ ਮਨਿੰਦਰ ਨੂੰ ਕਿਹਾ ਸੀ ਵੀ ਤੇਰੀ ਸੱਸ ਮੈਨੂੰ ਜਰਦੀ ਨਹੀਂ, ਤਾਂ ਹੀ ਮੂੰਹ ਬਣਾਈ ਜਾਂਦੀ ਐ, ਹੁਣੇ ਕਹਿੰਦੀ ਵਗ ਜਾ। ਉਹਨੂੰ ਦੱਸਦੀ ਆ ਤਾਂ ਉਹ ਕਹੂਗੀ ਵੀ ਕਿਉਂ ਜਾਨੀ ਐ, ਦੱਸ ਮੈਂ ਕੀ ਕਰਾਂ। ਨਾਲ ਕੀ ਪਈਆ ਭਾਬੀ ਦਾ ਕੰਮ? ਮਨਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਵਧੀਆ ਤੂੰ ਦੱਸ ਠੀਕ ਐ? ਹਾਂ ਹਾਂ ਮੈਂ ਤਾਂ ਠੀਕ ਆ, ਫੋਨ ਤਾਂ ਕਰ ਦਿੰਦੇ? ਉਹ ਬਸ ਉਹਨੂੰ ਦੱਸਿਆ ਤਾਂ ਸੀ ਭਾਬੀ ਵੀ ਚੱਲ ਮੈਂ ਤੇ ਹਰਪ੍ਰੀਤ ਆਵਾਂਗੇ। ਅੱਛਾ ਅੱਛਾ, ਚਲ ਆਜ ਮੰਮੀ ਰੋ ਉੱਥੇ ਬੈਠੇ। ਅੱਛਾ ਉਧਰ ਬੈਠੇ ਨੇ? ਹਾਂ ਹੋਰ ਤੂੰ ਠੀਕ ਐ? ਹਾਂ ਵਧੀਆ ਤੂੰ ਦੱਸ? ਬਸ ਵਧੀਆ। ਤੇ ਜਵਾਕ ਠੀਕ ਨੇ? ਹਾਂ ਹਾਂ ਵਧੀਆ ਨੇ, ਠੀਕ ਆ। ਅੱਛਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹਿ ਜਾ ਆ ਜਾ ਹਰਪ੍ਰੀਤ ਬਹਿ ਜਾ। ਨਾ ਇੱਥੇ ਕੀ ਲੈਣਾ ਆ ਮੰਮੀ? ਫਿਰ ਕੀ ਹੋ ਗਿਆ ਵੀਰੇ, ਮਿਲਣ ਆਇਆ ਸੀਗਾ, ਐਂ ਕਿਉਂ ਕਰਦੇ ਹੁੰਨੇ ਹੋ? ਮਿਲਣ ਨੂੰ ਬਾਹਾਂ ਆਕੜੀਆਂ ਇਹਦੀਆਂ। ਓਹੋ ਉਹ ਤਾਂ ਨਾ ਡੈਡੀ ਦੇ ਕੇਸ ਬਾਰੇ ਗੱਲ ਕਰਨੀ ਸੀਗੀ ਵੀਰੇ ਨਾਲ, ਤਾਂ ਕਰਕੇ ਇੱਥੇ ਸੱਦਿਆ ਸੀਗਾ ਘਰੇ। ਲੈ ਅੱਛਾ ਤੈ ਸੱਦਿਆ ਇਹਨੂੰ? ਹਾਂ ਮੰਮੀ। ਲੈ ਤੇਰੇ ਡੈਡੀ ਦੇ ਕੇਸ ਦੀ ਇਹ ਕੀ ਗੱਲ ਕਰੂਗਾ, ਇਹ ਦੱਸ ਕੀ ਗਾਹਾਂ ਜੱਜ ਲੱਗਿਆ ਹੋਇਆ, ਇਹਦੀਆਂ ਸਲਾਹਾਂ ਲੈਂਦੀ ਹੈ। ਮੰਮੀ ਜਦੋਂ ਘਰੇ ਕੋਈ ਆਇਆ ਗਿਆ ਹੁੰਦਾ ਉਦੋਂ ਤਾਂ ਨਾ ਐ ਬੋਲਿਆ ਕਰੋ, ਬਸ ਮੱਥੇ ਚ ਵੱਟ ਕੱਢਦੇ ਨੀ ਹੈਗੇ।
ਤੂੰ ਕਿਉਂ ਮੱਥਾ ਮਾਰੀ ਜਾਂਦੀ ਆ? ਉਹਦਾ ਟਾਈਮ ਦੱਸੂ ਕੌਣ ਜੱਜ ਲੱਗਿਆ ਤੇ ਕੌਣ ਨਹੀਂ, ਛੱਡਣਾ ਉਹ ਵੀ ਨਹੀਂ ਜਿਹੜੇ ਨੇ ਇਹ ਕਰਾਇਆ ਕੁਛ। ਬੋਲਦਾ ਦੇਖ ਲੈ, ਜਵਾਨ ਤਾਂ ਬਥੇਰੀ ਚੱਲਦੀ ਹੈ ਕੈਂਚੀ ਵਾਂਗੂ। ਕੋਈ ਨਾ ਭੈਣ ਜੀ, ਚੁੱਪ ਕਰੋ, ਇਹ ਵੀ ਆਪਦਾ ਹੀ ਜਵਾਕ ਹੈਗਾ। ਜਵਾਕ ਆਪਦਾ, ਤੂੰ ਨੀ ਇਹਦੇ ਬਾਰੇ ਜਾਣਦੀ। ਚੱਲ ਮੰਮੀ, ਉਹਨਾਂ ਨੇ ਕੀ ਮਾੜਾ ਕਰਤਾ ਵੀਰੇ ਹੋਰਾਂ ਨੇ ਤੁਹਾਡਾ? ਨਾਲੇ ਮਿਲਣ ਆਇਆ, ਵਧੀਆ ਸਤਿ ਸ਼੍ਰੀ ਅਕਾਲ ਬੁਲਾਈ, ਉਸ ਤੋਂ ਜਵਾਬ ਵੀ ਨਹੀਂ ਦਿੱਤਾ ਉਹਨਾਂ ਨੂੰ। ਨਹੀਂ ਜਵਾਬ ਦਿੰਦੀ ਹੈ ਮੇਰੀ ਜੁੱਤੀ ਇਹਨੂੰ, ਬੁਲਾ ਇਹਨੂੰ ਸਤਿ ਸ਼੍ਰੀ ਅਕਾਲ। ਚੱਲ ਕੋਈ ਨਾ ਮਾਂ, ਐਵੇਂ ਨਾ ਕਰਿਆ ਕਰੋ ਤੁਸੀਂ। ਕਰ ਲਾ, ਤੂੰ ਹੀ ਕਰ ਲਾ ਸਲਾਹਾਂ। ਲੈ ਮੰਮੀ ਕੀ ਹੋ ਜਾਨੀ ਆ, ਪਤਾ ਨਹੀਂ ਕੀ ਹੋਇਆ ਰਹਿੰਦਾ ਸਾਰਾ ਦਿਨ। ਚੱਲ ਕੋਈ ਨਾ ਵੀਰੇ, ਤੁਸੀਂ ਗੁੱਸਾ ਨਾ ਕਰਿਓ। ਉਹ ਭਾਬੀ, ਤੈਨੂੰ ਮੈਂ ਕਿਹਾ ਤਾਂ ਸੀ ਵੀ ਇੱਥੇ ਆਏ ਨੂੰ ਤਾਂ ਮੈਨੂੰ ਵੀ ਨਹੀਂ ਜਰਦੇ ਇਹ। ਚੱਲ ਕੋਈ ਨਾ ਮੰਮੀ, ਦਾ ਤੈਨੂੰ ਪਤਾ ਸੁਭਾਅ ਹੀ ਏਦਾਂ ਦਾ, ਇਹ ਤਾਂ ਆਪੇ ਹੌਲੀ ਹੌਲੀ ਆਪੇ ਚੇਂਜ ਹੋਊਗਾ। ਹੁਣ ਐ ਨੀ ਪਤਾ ਕਿ ਸਾਰੀ ਉਮਰ ਹੀ ਐਵੇਂ ਰਹੇ ਹੈ, ਹੁਣ ਤੁਸੀਂ ਆਉਣਾ ਜਾਣਾ ਥੋੜਾ ਛੱਡੋਗੇ ਮੇਰੇ ਕੋਲ। ਹੋਰ ਪੁੱਤ, ਸਹੀ ਕਹਿੰਦੀ ਹੈ ਮਨਿੰਦਰ, ਫਿਰ ਕੀ ਹੈ, ਉਹਦਾ ਤਾਂ ਸੁਭਾਅ ਹੀ ਇਹੋ ਜਿਹਾ। ਨਾਲੇ ਪੁੱਤ ਤੂੰ ਮੈਨੂੰ ਐਂ ਦੱਸ, ਤੂੰ ਕੁਛ ਦੱਸਿਆ ਹੀ ਨਹੀਂ ਹੈਗਾ, ਕੋਈ ਮੁਲਾਕਾਤ ਦਾ ਵੀ ਆਪਣੀ ਹੋ ਜੂਗੀ ਕਿ ਜਾਂ ਕੋਈ ਗੱਲਬਾਤ ਹੋਰ, ਮੈਨੂੰ ਸਾਰਾ ਕੁਝ ਦੱਸਤਾ ਦਿੰਦਾ ਪੁੱਤ। ਉਹ ਚਾਚੀ ਹੋਈ ਸੀ ਗੱਲ ਮਨਿੰਦਰ ਨਾਲ, ਇਹਨੂੰ ਮੈਂ ਦੱਸਿਆ ਸੀ, ਮੈਂ ਵੀਰਵਾਰ ਨੂੰ ਮੁਲਾਕਾਤ ਦਾ ਟਾਈਮ ਹੁੰਦਾ, ਵਕੀਲ ਕਹਿੰਦਾ ਸੀ ਵੀ ਉਦੋਂ ਕਰਾ ਦਿਆਂਗੇ। ਮੈਂ ਪਿਛਲੇ ਵੀਰਵਾਰ ਜਾ ਕੇ ਆਇਆ ਸੀ ਚਾਚੇ ਕੋਲੇ, ਤੇ ਉਹ ਚਾਚਾ ਕਹਿੰਦਾ ਵੀ ਮੈਂ ਮਿਲਣਾ ਨਹੀਂ ਹਜੇ ਘਰਦੇ ਨੂੰ, ਕਹਿੰਦਾ ਮੈਂ ਕਿਹੜਾ ਮੂੰਹ ਲੈ ਕੇ ਮੱਥੇ ਲੱਗੂਆਂ ਦੇ ਪਰਿਵਾਰ ਦੇ। ਅੱਛਾ, ਮੰਮੀ ਤਾਂ ਉਹੀ ਰੀਲ ਚੜਾਈ ਬੈਠੀ ਆ, ਕਿੰਨੇ ਵਾਰ ਤਾਂ ਮੰਮੀ ਨੂੰ ਸਮਝਾਤਾ ਵੀ ਕੋਈ ਗੱਲ ਨਹੀਂ ਮੰਮੀ, ਹੌਲੀ ਹੌਲੀ ਆਪੇ ਸਾਰਾ ਕੁਝ ਠੀਕ ਹੋ ਜਾਊਗਾ, ਜਦੋਂ ਪਤਾ ਵੀ ਡੈਡੀ ਠੀਕ ਹੈ। ਪੁੱਤ ਪਿਓ ਤੇਰਾ ਠੀਕ ਹੈ ਮੰਨਦੀ ਆ, ਫੇਰ ਵੀ ਮਨ ਤਾਂ ਕਾਲਾ ਪੈਂਦਾ ਹੀ ਆ, ਨਿਤ ਦਿਨ ਪਤਾ ਨਹੀਂ ਕੀ ਕੁਝ ਸੋਚਦਾ ਰਹਿੰਦਾ, ਮਨ ਚ ਕੀ ਕੁਝ ਚੱਲਦਾ ਰਹਿੰਦਾ, ਤੈਨੂੰ ਕੀ ਦੱਸਾਂ ਮੈਂ। ਮੈਂ ਸਾਰਾ ਕੁਝ ਪਤਾ, ਪਰ ਜੇ ਤੂੰ ਬਿਮਾਰ ਹੋ ਗਈ ਮੁੜ ਕੇ ਮੈਂ ਕੀ ਕਰੂੰਗੀ? ਡੈਡੀ ਉਹ ਜੇਲ੍ਹ ਚ ਬੈਠੇ ਆ, ਉਧਰੋਂ ਤੂੰ ਬਿਮਾਰ ਹੋ ਕੇ ਬਹਿ ਜਾਏਂਗੀ, ਮੈਨੂੰ ਕਿਉਂ ਮਾਰ ਦਿਓ ਜਮਾਂ ਤੁਸੀਂ? ਚਾਚੀ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਸੰਸਾ ਕਰੇ ਦਾ, ਹੁਣ ਤਾਂ ਕਾਨੂੰਨ ਦੇ ਹੱਥ ਆ, ਹੁਣ ਆਪਣਾ ਜ਼ੋਰ ਨਹੀਂ ਨਾ ਚੱਲਦਾ ਉੱਥੇ। ਹੋਰ ਮਾਸੀ ਜੀ, ਐਵੇਂ ਫਿਕਰ ਨਾ ਕਰੋ, ਠੀਕ ਹੈ ਮਾਸੜ ਜੀ। ਚਲੋ ਕੋਈ ਨਾ ਪੁੱਤ, ਪਰ ਫਿਰ ਵੀ ਮੈਂ ਇਹ ਕਹਿੰਦੀ ਸੀ ਇੱਕ ਵਾਰ ਕਹਿ ਦਿੰਦਾ ਪੁੱਤ ਵੀ ਉਹਨੇ ਗੱਲਬਾਤ ਕਰਨੀ ਸੀ। ਉਹੀ ਤਾਂ ਗੱਲ, ਹੁਣ ਡੈਡੀ ਆਪ ਜਵਾਬ ਦੇਈ ਜਾਂਦਾ ਨਾ, ਡੈਡੀ ਕਹਿੰਦਾ ਮੈਨੂੰ ਬਿਸ਼ਰਮੀ ਆਉਂਦੀ ਆ। ਐਂ ਤਾਂ ਕਿਹਾ ਸੀ ਚਾਚੀ ਮੈਂ, ਹੈ ਕਹਿੰਦਾ ਜੀ ਚੱਲ ਫਿਰ ਦੇਖਦੇ ਆ, ਐਤਕੀ ਵੀਰਵਾਰ ਨੂੰ ਪਤਾ ਲੱਗ ਜੂ, ਪਹਿਲਾਂ ਮੈਂ ਜਾ ਆਉਂਗਾ, ਜੇ ਉਹਨੇ ਕਿਹਾ ਤਾਂ ਫਿਰ ਤੁਹਾਨੂੰ ਮਿਲਾ ਦੇਵਾਂਗੇ, ਉਹਦਾ ਸਾਰਾ ਦਿਨ ਹੀ ਮਿਲਾ ਦਿੰਦੇ ਆ। ਚੱਲ ਜੇ ਹੋ ਗਿਆ ਤਾਂ ਵਧੀਆ। ਬਾਕੀ ਮੰਮੀ ਵੀਰ ਐਂ ਵੀ ਕਹਿੰਦਾ ਸੀਗਾ ਵੀ ਜਿਹੜੀ ਕੁੜੀ ਨੇ ਕੇਸ ਪਾਇਆ ਨਾ ਉਹ ਪੇਸ਼ ਨਹੀਂ ਹੋਈ ਹਜੇ ਤੱਕ। ਉਹ ਕੋਈ ਲੱਗੇ ਨਹੀਂ ਜੀ, ਮੱਥੇ ਜਾ ਕੇ ਨਹੀਂ ਲੱਗਿਆ, ਉਹ ਕਹਿੰਦੇ ਉੱਥੇ ਹਜੇ ਐਂ ਦੋ ਤਰੀਕਾਂ ਪੈ ਗਈਆਂ ਦੇਖ ਲਓ। ਜੇ ਸੱਚੀ ਹੋਊਗੀ ਪੁੱਤ ਤਾਂ ਹੀ ਮੱਥੇ ਲੱਗੂਗੀ, ਹਰਾਮਜਾਦੀ ਨੇ ਝੂਠਾ ਤਾਂ ਕੇਸ ਪਾਇਆ, ਮੱਥੇ ਲੱਗਣ ਜੋਗੀ ਹੈਗੀ ਆ ਉਹ? ਜਾਣ ਕੇ ਪੈਸੇ ਲੈਣ ਦੀ ਮਾਰੀ ਨੇ ਕੀਤਾ ਹੋਊਗਾ ਸਾਰਾ ਕੁਝ, ਉਹ ਪੈਸੇ ਤੇ ਲਿਖਾ ਕੇ ਬਸ ਟਲ ਗਈ। ਹਾਂ ਗਾਹਾਂ ਜੀ ਨੇ ਕਰਿਆ ਕਰਾਇਆ ਇਹ, ਪਤਾ ਤਾਂ ਉਹਨੂੰ ਲੱਗੂਗਾ ਹੁਣ, ਜਦੋਂ ਕੋਈ ਉੱਥੇ ਗਿਆ ਹੀ ਨਾ, ਜਦੋਂ ਬਾਹਰ ਆ ਗਿਆ ਚਾਚਾ। ਜੇ ਪੈਸੇ ਲੈਣੇ ਉਹਨੇ ਆਪਣੇ ਤੋਂ ਲੈ ਲੈਣ, ਕੇਸ ਵਾਪਸ ਲੈ ਲੇ। ਗੱਲ ਤਾਂ ਇਹ ਨਾ ਹਰਪ੍ਰੀਤ, ਕੋਈ ਪਤਾ ਤਾਂ ਲੱਗੇ ਕੌਣ ਆ, ਮੱਥੇ ਲੱਗੂ ਉੱਥੇ ਤਾਂ ਹੀ ਆ। ਦੱਸ ਵੱਡਾ ਇਹਨਾਂ ਦਾ ਹਮਦਰਦ, ਸੁੱਡਲ ਤਾਂ ਆਪਦੀ ਵਾਲੀ ਹੈ ਜਿਹੜੀ ਇਹਨੂੰ ਸਾਦੀ ਹੈ, ਵੀ ਤਾਂ ਸਿਹਤ ਤੋਂ ਸਲਾਹਾਂ ਲੈਣ ਦੀ ਕੀ ਲੋੜ ਹੈ? ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਏਡਾ ਹੰਕਾਰਿਆ ਕਿਹਦੇ ਸਿਰ ਤੇ ਫਿਰਦਾ ਹੈਗਾ, ਅੱਧਾ ਸਾਰਿਆਂ ਨੂੰ ਫਸਾ ਦੂੰ, ਜੱਜ ਦਾ ਤਾਂ ਮੈਨੂੰ ਪਤਾ ਨਹੀਂ। ਮੈਨੂੰ ਤਾਂ ਇਹ ਲੱਗਦਾ ਕਿਤੇ ਯਿਸੂ ਨੇ ਨਾ ਕੋਈ ਸਰਾਗ ਛੱਡਤਾ ਹੋਵੇ, ਮਰਨਾ ਆਪ ਤਾਂ ਮਰੂਗਾ, ਮੈਨੂੰ ਵੀ ਮਰਵਾ ਦੂਗਾ। ਹੇ ਰੱਬਾ ਬਚਾ ਕੇ ਰੱਖੀ ਇਹਨਾਂ ਤੋਂ। ਮੈਨੂੰ ਤਾਂ ਐਂ ਲੱਗਦਾ ਵੀ ਕਿਸੇ ਨੇ ਸਾਨੂੰ ਜਾਣ ਕੇ ਖੱਜਲ ਖੁਆਰ ਕਰਨ ਦੇ ਮਾਰੇ ਨੇ, ਇਹ ਦੂਸਣ ਉਹਨਾਂ ਤੇ ਲਾ ਕੇ ਆਪ ਪਾਸੇ ਹਟ ਗਿਆ, ਹੁਣ ਨਾ ਆਪ ਨਹੀਂ ਮੂਹਰੇ ਆਉਂਦੇ। ਠੀਕ ਆ, ਮੈਂ ਤਾਂ ਬਹੁਤ ਦੁਖੀ ਆ ਅੰਦਰੋਂ ਪੁੱਤ। ਉਹ ਚਾਚੀ ਕਰਿਆ ਤਾਂ ਕਿਸੇ ਨੇ ਜਾਣ ਕੇ ਹੀ ਆ, ਪਹਿਲਾਂ ਭੁੱਕੀ ਵਾਲਾ ਕੇਸ ਦੇਖ ਲਾ, ਹੈ ਦੱਸ ਇੰਨੀ ਤਾਂ ਭੁੱਕੀ ਸੀ, ਪੁਲਿਸ ਵਾਲਿਆਂ ਨੂੰ ਕੀ ਸੁਪਨਾ ਆਉਂਦਾ ਸੀ, ਫਿਰ ਉਹਨਾਂ ਨੂੰ ਐਂ ਕੀ ਪਤਾ ਸੀ ਵੀ ਇੱਥੇ ਹੀ ਧਰੀ ਪਈ ਆ, ਕਰਦਾ ਤਾਂ ਕੋਈ ਜਾਣ ਬੁੱਝ ਕੇ ਹੀ ਆ ਇਹ। ਕੋਈ ਗੱਲ ਨਹੀਂ, ਸਾਰਾ ਸੱਚ ਸਾਹਮਣੇ ਆਜੂਗਾ ਜੀ, ਹੁਣ ਤਾਂ ਬਾਹਲੀ ਦੂਰ ਨਹੀਂ ਗੱਲ। ਚੱਲ ਪੁੱਤ, ਸੱਚ ਤਾਂ ਸਾਹਮਣੇ ਆਉਣਾ ਹੀ ਆ, ਤੇ ਆ ਕੀ ਰਹੂਗਾ।
ਬਾਕੀ ਸਾਨੂੰ ਤਾਂ ਮਨਿੰਦਰ ਨੂੰ ਤੇ ਮੈਨੂੰ ਤੇਰੇ ਤੇ ਹੀ ਆਸਾਂ ਨੇ। ਓ ਨਹੀਂ ਨਹੀਂ ਚਾਚੀ, ਐ ਨਾ ਕਹੋ, ਹੈ ਮੇਰਾ ਵੀ ਫਰਜ਼ ਬਣਦਾ। ਚੱਲ ਕੋਈ ਨਾ ਪੁੱਤ, ਤੁਸੀਂ ਗੱਲਾਂ ਮਾਰੋ, ਮੈਂ ਚਾਹ ਪਾਣੀ ਲਿਆਉਣੀ ਆ। ਕੋਈ ਗੱਲ ਨਹੀਂ, ਮੈਂ ਬਣਾ ਲੈਂਦੀ, ਤੁਸੀਂ ਬਹਿ ਜਾਓ। ਬੈਠ ਪੁੱਤ, ਤੂੰ ਗੱਲਾਂ ਕਰ, ਮੈਂ ਬਣਾਉਣੀ। ਆ ਦੇਖ ਲੈ ਵੀਰੇ, ਐਂ ਕਰੀ ਜਾਂਦੀ ਆ ਸਾਰਾ ਦਿਨ ਮੰਮੀ, ਹੁਣ ਇਹਨੂੰ ਮੈਂ ਕੀ ਦੱਸਾਂ ਤੇ ਕੀ ਸਮਝਾਵਾਂ ਹੁਣ ਮੈਂ। ਉਹ ਭਾਬੀ ਇਹਨਾਂ ਦਾ ਮਤਾ ਹੀ ਇਹੋ ਜਿਹਾ, ਪਹਿਲੇ ਤੈਨੂੰ ਹੀ ਇਹੋ ਜਿਹਾ, ਤੈਨੂੰ ਮੈਂ ਦੱਸੀ ਦਾ ਜਾਂਦਾ। ਸਹੀ ਗੱਲ ਆ ਵੀਰੇ, ਫਸਣ ਵਾਲੀ ਗੱਲ ਹੀ ਆ। ਹੁਣ ਤੂੰ ਐਂ ਦੇਖ ਲੈ, ਜਿੱਦੇ ਦੀ ਮੰਮੀ ਮੇਰੇ ਨਾਲ ਆਈ ਆ, ਉਹਦੇ ਤੇ ਜਮਾਂ ਹੀ ਮੱਚੀ ਪਈ ਆ, ਮੰਮੀ ਨੂੰ 100-100 ਗੱਲਾਂ ਸੁਣਾਉਂਦੀ ਆ। ਨਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਭਾਬੀ, ਤੂੰ ਤਾਂ ਇੱਥੇ ਆ ਗਈ, ਹੈਂ ਨਾਲ ਚਾਚੀ ਨੂੰ ਕੋਈ ਖਿੱਚੀ ਫਿਰਦੀ, ਇਹਨੂੰ ਕਿਉਂ ਫਸਾ ਲਿਆ ਲਿਆ ਕਿਤੇ? ਮੈਂ ਤੈਨੂੰ ਸਾਰੀ ਗੱਲ ਦੱਸਦੀ ਆ, ਤੈਨੂੰ ਬੁਲਬੁਲ ਵਾਲੀ ਗੱਲ ਤਾਂ ਦੱਸ ਦਿੱਤੀ ਵੀ ਉਹਨਾਂ ਨੇ ਘਰੋਂ ਕੱਢ ਦਿੱਤੀ ਵੀ ਉਹ ਜ਼ਹਿਰ ਜ਼ਹਿਰ ਪਾਉਂਦੀ ਸੀਗੀ ਚਾਹ 'ਚ, ਤੇ ਇਹਨਾਂ ਨੇ ਦੇਖ ਲਈ। ਨਾ ਉਹਨੂੰ ਕੀ ਲੋੜ ਪੈ ਗਈ ਸੀ ਇਹਨਾਂ ਨੂੰ ਜ਼ਹਿਰ ਪਾਉਂਦੀ? ਫਿਰ ਤੈਨੂੰ ਪਤਾ ਤਾਂ ਹੈ, ਇੱਥੇ ਜ਼ਮੀਨ ਮਾਰੀ ਤਾਂ ਉਹ ਆਈ ਸੀ, ਇਹਨਾਂ ਨੂੰ ਆਏ ਸੀਗਾ ਵੀ ਅਸੀਂ ਇਹਨਾਂ ਦੋਨਾਂ ਨੂੰ ਮਾਰ ਕੇ ਵੀ ਸਾਰੇ ਘਰ ਤੇ ਮੈਂ ਹਥਿਆ ਲੂੰਗੀ, ਵੀ ਮਨਿੰਦਰ ਤਾਂ ਘਰੋਂ ਕੱਢ ਹੀ ਦਿੱਤੀ ਆ। ਨਹੀਂ, ਇਹਨਾਂ ਨੂੰ ਐਂ ਪਤਾ ਲੱਗ ਗਿਆ ਵੀ ਜ਼ਮੀਨ ਦੀ ਮਾਰੀ ਆਈ ਸੀ ਉਹ ਇੱਥੇ? ਉਹ ਇਹਨੂੰ ਹਜੇ ਪਤਾ ਨਹੀਂ ਲੱਗਿਆ ਸੀ, ਜਦੋਂ ਇਹ ਲਾਡੀ ਮੇਰੇ ਕੋਲ ਆ ਕੇ ਇਹਨੇ ਗੱਲ ਕੀਤੀ ਆ ਤਾਂ ਡੈਡੀ ਦੇ ਫੋਨ 'ਚ ਸਬੂਤ ਸੀਗਾ, ਡੈਡੀ ਨੇ ਸੀਰੀ ਨੂੰ ਫੜ ਲਿਆ ਸੀ ਤੇ ਉੱਥੋਂ ਸਾਰਾ ਕੁਝ ਬੁਲਵਾ ਲਿਆ ਸੀਗਾ ਸੱਚ, ਤੇ ਉਹ ਸਬੂਤ ਡੈਡੀ ਦੇ ਫੋਨ 'ਚ ਪਿਆ ਹੀ ਸੀਗਾ ਤੇ ਫੋਨ ਮੇਰੇ ਕੋਲ ਘਰੇ ਸੀਗਾ, ਉਹ ਸਾਰਾ ਕੁਝ ਮੈਂ ਲਾਡੀ ਨੂੰ ਦਿਖਾਤਾ। ਫਿਰ ਇਹ ਮਾਫੀਆਂ ਮੰਗੇ, ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਵੀ ਤੂੰ ਮੇਰੇ ਨਾਲ ਘਰੇ ਚੱਲ, ਵੀ ਇੱਦੂ ਮੁੜਕੇ ਨੀ ਮੈਂ ਇਹੋ ਜਿਹੀ ਗਲਤੀ ਕਰਦਾ, ਵੀ ਇੱਦੂ ਮੁੜਕੇ ਨੀ ਮੈਂ ਕਿਸੇ ਦੇ ਮਗਰ ਲੱਗਦਾ। ਫਿਰ ਮੰਮੀ ਤੈਨੂੰ ਪਤਾ ਵੀ ਕੋਈ ਗੱਲ ਨੀ ਪੁੱਤ, ਜੇ ਹੁਣ ਤੇ ਮਾਫੀ ਮੰਗਦਾ ਤੂੰ ਨਾਲ ਚੱਲ, ਤੂੰ ਜਾਵੜਾ ਜੇ ਲੈਣ ਆਇਆ ਤਾਂ। ਫਿਰ ਲਾਡੀ ਕਹਿਣ ਲੱਗਾ ਵੀ ਮੰਮੀ ਇੱਥੇ ਇਕੱਲੀ ਕੀ ਕਰੂਗੀ, ਚੱਲ ਮੰਮੀ ਨੂੰ ਲੈ ਚੱਲਦੇ ਆ ਨਾਲ। ਚਾਚੀ ਵੀ ਬਾਲੇ ਛੇਤੀ ਭੇਜ ਜਾਂਦੀ ਆ। ਮੈਂ ਤਾਂ ਬਥੇਰਾ ਕਿਹਾ ਸੀ ਵੀ ਮੈਂ ਨਹੀਂ ਜਾਂਦੀ ਨਹੀਂ ਜਾਂਦੀ, ਵੀ ਐਂ ਕਰਦੇ ਹੁੰਦੇ ਆ, ਜਦੋਂ ਜੀ ਕਰਦਾ ਘਰੋਂ ਕਰ ਦਿੰਦੇ ਆ ਤੇ ਜਦੋਂ ਜੀ ਕਰਦਾ ਮਨਾ ਲਿਆਉਂਦੇ ਆ। ਮਨਿੰਦਰ ਤੂੰ ਹੁਣ ਵੀ ਨਾ ਉਹਦਾ ਧਿਆਨ ਨਾ ਰਹਿ, ਇੰਨੀ ਜਲਦੀ ਇਹਨਾਂ ਤੇ ਯਕੀਨ ਨਾ ਕਰ। ਨਾ ਨਾ, ਯਕੀਨ ਤਾਂ ਹਜੇ ਨਹੀਂ ਕਰਦੀ, ਮੈਨੂੰ ਵੀ ਪਤਾ ਬਥੇਰਾ ਕੁਝ ਹੋਇਆ ਮੇਰੇ ਨਾਲ, ਮੈਨੂੰ ਕਿੱਥੇ ਯਕੀਨ ਆਉਂਦਾ ਛੇਤੀ ਛੇਤੀ ਇਹਨਾਂ ਤੇ। ਤੇ ਨਾਲੇ ਜਵਾਬ ਕਿੱਧਰ ਗਏ ਭਾਬੀ? ਕੁੜੀਆਂ ਦਾ ਸਕੂਲ ਗੰਗਾ ਹੋਊਗਾ, ਮੁੰਡਾ ਸੁੱਤਾ ਪਿਆ ਸੀਗਾ। ਅੱਛਾ, ਹਾਂ ਤੇ ਉਹ ਮੈਂ ਤੇਰੇ ਨਾਲ ਇਹ ਗੱਲ ਕਰਨੀ ਸੀ। ਹਾਂ, ਮੈਂ ਕਿਹਾ ਉਹਦੇ ਤੁਸੀਂ ਆਏ ਸੀਗੇ, ਤੂੰ ਕਹਿੰਦੀ ਸੀਗੀ ਵੀ ਕੁੜੀ ਗੋਦ ਪਾ ਦੇਾਂਗੇ, ਹੁਣੇ ਮੇਰਾ ਖੈੜਾ ਨਹੀਂ ਛੱਡਦੀ, ਕਹਿੰਦੀ ਪੁੱਛ ਭਾਬੀ ਨੂੰ ਪੁੱਛ, ਤਾਂ ਹੀ ਫਿਰ ਅਸੀਂ ਇੱਥੇ ਆਏ ਆ। ਮੈਂ ਕਿਹਾ ਜੇ ਤੁਹਾਡਾ ਇਰਾਦਾ ਹੈਗਾ ਤਾਂ ਚੱਲ ਅਸੀਂ ਕੁੜੀ ਨੂੰ ਲੈ ਜਾਂਦੇ। ਵੀਰੇ ਇਰਾਦਾ ਤਾਂ ਪੂਰਾ ਹੀ ਆ, ਚੱਲ ਇਹਨੂੰ ਵੀ ਆਇਆ ਵਿਚਾਰੀ ਨੂੰ ਵੀ ਕੋਈ ਜਵਾਕ ਆ ਜਾਵੇ, ਉਹਦੇ ਲਾਲਚ ਲੱਗ ਜੇ, ਹਨਾ, ਮੈਂ ਸਮਝ ਸਕਦੀ ਆ। ਹੋਰ ਮਨਿੰਦਰ ਘਰੇ ਤੈਨੂੰ ਵੀ ਪਤਾ ਕੱਲੇ ਰਹਿ ਜਾਣੇ ਜਮਾ, ਹੁੰਦਾ ਹੀ ਆ, ਚੱਲ ਜਵਾਕ ਤਾਂ ਹੋਣਾ ਜ਼ਰੂਰੀ ਆ, ਹਨਾ। ਨਹੀਂ ਕੋਈ ਗੱਲ ਨਹੀਂ, ਕੁੜੀ ਤਾਂ ਗੋਥ ਨੂੰ ਦੇਣੀ ਆ, ਲਾਡੀ ਆਜੂਗਾ ਹੱਥ ਨੇ, ਮੈਂ ਉਹਦੇ ਨਾਲ ਗੱਲ ਕਰਦੀ ਆ ਤੇ ਆਪਾਂ ਸਾਰਾ ਕਾਗਜ਼ੀ ਕਾਰਵਾਈ ਕਰਕੇ ਤੇ ਕੁੜੀ ਗੋਦ ਪਾ ਦਾਂਗੇ ਤੁਹਾਨੂੰ। ਆਹੋ, ਜਾ ਕੋਈ ਨਹੀਂ, ਕਾਗਜ਼ੀ ਕਾਰਵਾਈ ਨੂੰ ਤਾਂ ਕਿਹੜਾ ਆਇਆ, ਕੋਈ ਬਗਾਨੇ ਥਾਂ ਦੇਣਾ ਜਵਾਕ? ਨਹੀਂ ਨਹੀਂ ਵੀਰੇ, ਬਗਾਨੇ ਥਾਂ ਤਾਂ ਮੈਨੂੰ ਪਤਾ ਦੇਣਾ, ਹੁਣ ਤੁਸੀਂ ਆਪਦੇ ਹੀ ਹੋ, ਮੈਨੂੰ ਪਤਾ ਹੀ ਮੇਰੇ ਨਾਲ ਵੱਧ ਪਿਆਰ ਕਰੋਗੇ ਤੁਸੀਂ ਕੁੜੀ ਨੂੰ, ਚਲ ਐਂ ਪੱਕੇ ਤੌਰ ਤੇ ਵੀ ਤੁਹਾਡਾ ਨਾਮ ਲਿਖਿਆ ਜਾਊਗਾ ਸਾਰੇ ਕਿਤੇ, ਹਨਾ, ਕਾਗਜ਼ਾਂ ਪੱਤਰਾਂ ਦੇ ਨਾਂ ਚੜ ਜਾਂਦਾ ਜਵਾਕ ਦੇ। ਹਾਂ, ਤਾਂ ਕਹਿੰਦੀ ਸੀਗੀ ਵੀਰੇ ਮੈਂ। ਚਲ ਕੋਈ ਨਹੀਂ, ਤੁਸੀਂ ਕਰ ਲਿਓ ਗੱਲ, ਹੈ ਲਾਡੀ ਨਾਲ ਗੱਲ ਕਰ ਲਿਓ, ਫਿਰ ਜਿਵੇਂ ਬਣੀ ਰਹੇ ਸਾਨੂੰ ਦੱਸ ਦਿਓ। ਹਾਂ ਕੋਈ ਗੱਲ ਨਹੀਂ, ਰਾਇ ਤਾਂ ਵੀਰੇ ਸਾਡੀ ਹੈਗੀ ਆ, ਅਸੀਂ ਤੁਹਾਨੂੰ ਦਿੱਤੀ ਹੀ ਹਾਂ ਕੀਤੀ ਹੋਈ ਆ, ਹਨਾ। ਹੋਰ ਕੀ ਆ, ਇਹ ਕਹਿੰਦੀ ਇਕੱਲੀ ਦਾ ਮੇਰਾ ਨਹੀਂ ਦਿਨ ਲੰਘਦਾ, ਕਰੇ ਇਹ ਬੈਠੀ ਝਾਕੀ ਜਾਂਦੀ ਆ ਬਿਜੂਆਂ ਨੂੰ। ਹੁਣ ਇਹਨਾਂ ਤਾਂ ਵਿਚਾਰੀ ਨੇ ਦੇਖਣਾ ਹੀ ਆ, ਇਕੱਲੀ ਉੱਥੇ ਕੰਧਾਂ ਵੀ ਨਹੀਂ ਦੇਖੀ ਜਾਂਦੀ ਆ, ਤੁਸੀਂ ਤਾਂ ਬਾਹਰ ਟੱਪ ਜਾਂਦੇ ਹੋਵੋਗੇ ਵੀਰੇ। ਤੇ ਹੋਰ ਮਨਿੰਦਰ, ਤੇਰਾ ਵੀਰਾ ਕਿੱਥੇ ਘਰੇ ਖੜਦਾ, ਕੰਮ ਕਾਰ ਤੇ ਨਹੀਂ ਵਿਹਲ ਮਿਲਦੀ ਇਹਨਾਂ ਨੂੰ ਤਾਂ? ਉਹ ਫਿਰ ਕੰਮ ਕਾਰ ਵੀ ਜ਼ਰੂਰੀ ਆ। ਚੱਲ ਕੋਈ ਨਹੀਂ, ਤੁਸੀਂ ਕਰਿਓ ਰਹਿ ਭਾਬੀ, ਹੈ। ਹਾਂ ਰਹਿ ਤਾਂ ਵੀਰੇ ਹੈਗੀ ਆ, ਕੋਈ ਗੱਲ ਨਹੀਂ, ਮੈਂ ਕਰਕੇ ਲਾਡੀ ਨਾਲ ਗੱਲ, ਤੁਹਾਨੂੰ ਦੱਸ ਦੂੰਗੀ, ਫਿਰ ਆਪਾਂ ਕਰਾ ਲਾਂਗੇ ਗੋਦਨਾਮਾ, ਤੁਸੀਂ ਕਰਾ ਲਿਓ, ਹਨਾ। ਹਾਂ ਕੋਈ ਗੱਲ ਨਹੀਂ, ਉਹ ਜਿਹੜੀ ਕੋਈ ਹੋਈ ਕਾਰਵਾਈ ਕਰਾ ਲਾਂਗੇ। ਨਾਲੇ ਬਾਕੀ ਆਏ ਆ ਵੀਰੇ, ਗੁੱਸਾ ਨਾ ਕਰਿਓ, ਹਨਾ, ਵੀ ਮੈਂ ਇਹ ਗੱਲ ਕਹਿਤੀ ਵੀ ਕਾਗਜ਼ੀ ਕਾਰਵਾਈ ਦੀ, ਤੁਹਾਨੂੰ ਪਤਾ ਹੀ ਮੰਮੀ ਦੇ ਸੁਭਾਅ ਦਾ, ਐ ਨਹੀਂ ਪਤਾ ਕੱਲ ਨੂੰ ਆਕੜ ਜੇ ਤੇ ਕਹਦੇ ਮੈਂ ਤਾਂ ਕੁੜੀ ਲੈ ਕੇ ਆਉਣੀ ਆ। ਹਾਂ ਇਹ ਵੀ ਗੱਲ ਸਹੀ ਆ, ਖੈਰ ਸਬੂਤ ਤਾਂ ਹੋਵੇ ਕੋਈ। ਇਹ ਤਾਂ ਗੱਲ ਤਾਂ ਕਹਿੰਦੀ ਸੀ, ਆ ਜਾ ਬਣ ਗਈ ਹੋਵੇ ਚਾਹ, ਉੱਥੇ ਬਹਿ ਕੇ ਪੀ ਲੈਨੇ ਅੱਜ ਵੀਰੇ। ਚਲ ਤੁਸੀਂ ਉੱਥੇ ਪੀ ਲਓ ਚਾਹ, ਫਿਰ ਮੈਂ ਤਾਂ ਇੱਥੇ ਫੜਾ ਦੇਵਾਂ ਬੈਠਾ। ਠੀਕ ਹੈ ਵੀਰੇ, ਉੱਥੇ ਫੇਰ ਐਵੇਂ ਮੈਥੋਂ ਬੋਲਿਆ ਜਾਊ ਮੰਮੀ ਨਾਲ। ਕੋਈ ਨਾ। ਹਾਂਜੀ ਮੰਮੀ, ਜਾਇਆ ਗੁਰਦੁਆਰੇ, ਨਾਲੇ ਮੇਰੀ ਗੱਲ ਸੁਣ, ਮੱਥਾ ਟੇਕ ਕੇ ਆਈ, ਅਰਦਾਸ ਕਰਾ ਕੇ ਆਈ ਵੀ ਤੇਰਾ ਪਿਓ ਛੇਤੀ ਬਾਹਰ ਆ ਜੇ। ਕੋਈ ਨਾ ਮਾਂ, ਤੂੰ ਫਿਕਰ ਨਾ ਕਰ, ਉਹ ਰੱਬ ਹੀ ਕਰੂਗਾ ਸਾਰਾ ਕੁਛ, ਆਪਣਾ ਹੁਣ ਵੀ ਤਾਂ ਉਹਨੇ ਸਾਥ ਦਿੱਤਾ ਹੀ ਆ, ਨਾਲੇ ਮੈਂ ਤਾਂ ਕਦੇ ਉਹ ਤੋਂ ਭਰੋਸਾ ਚੱਕਿਆ ਹੀ ਨਹੀਂ, ਮੇਰੇ ਨਾਲ ਇੰਨਾ ਕੁਛ ਹੋ ਗਿਆ, ਉਹਨੇ ਹੱਥ ਫੜਿਆ, ਕੋਈ ਗੱਲ ਨਹੀਂ
ਅੱਗੇ ਵੀ ਉਹ ਆਪਣਾ ਹੱਥ ਫੜੂਗਾ। ਰੱਬ ਵੀ ਸੱਚਿਆਂ ਨਾਲ ਹੀ ਆ। ਹਾਂ ਪੁੱਤ ਹਾਂ, ਇਹ ਤਾਂ ਹੈ, ਮਾੜਾ ਤਾਂ ਨਹੀਂ ਉਹ ਕਰਦਾ ਹੈਗਾ। ਚੱਲ ਮੰਨਦੀ ਆ, ਟਾਈਮ ਲੱਗ ਜੂਗਾ, ਪਰ ਹਮੇਸ਼ਾ ਉਹ ਆਪਣੇ ਨਾਲ ਹੀ ਖੜੂਗਾ। ਕੋਈ ਗੱਲ ਨੀ, ਅਰਦਾਸ ਮੈਂ ਕਰਾ ਕੇ ਆਊਂਗੀ, ਤੂੰ ਫਿਕਰ ਨਾ ਕਰ, ਮੈਂ ਜਾ ਰਹੀ, ਤੂੰ ਮੁੰਡੇ ਨੂੰ ਸਾਂਭ ਲਈ ਘਰੇ, ਚੰਗਾ? ਹਾਂ ਪੁੱਤ ਹਾਂ, ਖੜਿਆਉਣੀ ਇਹਨੂੰ ਮੈਂ। ਮੰਮੀ ਮੈਂ ਨਾ ਗੁਰੂ ਘਰ ਜਾ ਕੇ ਆਉਂਦੀ ਸੀਗੀ। ਕਿਉਂ, ਘਰ ਦੇ ਕੰਮ ਧੰਦੇ ਨਿਬੜ ਗਏ? ਬਸ ਥੋੜਾ ਮੋਟਾ ਰਸੋਈ ਦਾ ਕੰਮ ਰਹਿ ਗਿਆ। ਕੋਈ ਨਾ ਭੈਣ ਜੀ, ਫਿਰ ਪਹਿਲਾਂ ਕੰਮ ਨਿਬੇੜ ਲੈ, ਫੇਰ ਵਗ ਜੀ ਗੁਰੂ ਘਰ। ਭੈਣ ਜੀ ਮੈਂ ਕਰਾ ਦਿੰਦੀ ਆ ਕੰਮ ਧੰਦਾ, ਤਾਂ ਕੋਈ ਗੱਲ ਨੀ, ਇਹਨੂੰ ਗੁਰੂ ਘਰ ਜਾਇਆ ਆਉਂਦੇ, ਅਰਦਾਸ ਕਰਾ ਕੇ ਆਉਣੀਆਂ ਨੇ ਆਪਦੇ ਪਿਓ ਦੇ ਨਾਂ ਦੀ। ਲੈ ਹੁਣ ਪਿਓ ਦੇ ਨਾਂ ਦੀ ਅਰਦਾਸ ਕਰਾ ਕੇ ਆਉਣੀ ਨੀ, ਜਿਹੜੇ ਕਾਲੇ ਕਾਰਨਾਮੇ ਉਹਨੇ ਕੀਤੇ ਨਾ, ਐ ਅਰਦਾਸ ਕਰਾਉਣ ਨਾਲ ਨੀ ਉਹ ਜੇਲ੍ਹ ਚੋਂ ਬਾਹਰ ਨਿਕਲਦਾ। ਮੰਮੀ ਜਿਹਨੂੰ ਰੱਬ ਤੇ ਭਰੋਸਾ ਹੋਵੇ ਨਾ, ਰੱਬ ਸਾਰਾ ਕੁਛ ਹੀ ਕਰ ਲੈਂਦਾ। ਬਸ ਤਾਂ ਰੱਖੀ ਕੋਈ ਨਾ ਫਿਰ ਆਹੀ ਭਰੋਸਾ, ਆਪਦੇ ਕਰਤੂਤਾਂ ਨਾ ਛੱਡਿਆ ਕਰੋ। ਮੈਂ ਕਰਤੂਤਾਂ ਲਈ ਕਿਹੜੀ ਗੱਲ ਆ, ਹੁਣ ਜੇ ਗੁਰੂ ਘਰ ਜਾਣੇ ਤੁਸੀਂ ਉਸ ਤੋਂ ਵੀ ਰੋਕ ਟੋਕ ਕਰਦੇ ਹੋ। ਗੁਰੂ ਘਰ ਜਾਣ ਤਾਂ ਮੈਨੂੰ ਤੁਸੀਂ ਰੋਕ ਨਹੀਂ ਸਕਦੇ, ਉੱਥੇ ਤਾਂ ਮੈਂ ਜਾ ਕੇ ਹੀ ਰਹੂੰਗੀ। ਜਾ ਜਾਇਆ, ਤੇਰਾ ਮਨ ਸਰਸਾ ਜਿਹੜਾ ਕਰਿਆ, ਮੱਥਾ ਟੇਕਿਆ, ਕੋਈ ਨੀ ਗੁਰੂ ਘਰ ਜਾਣਾ ਤਾਂ ਕੋਈ ਮਾੜੀ ਗੱਲ ਨੀ, ਪਰ ਮੈਂ ਤੈਨੂੰ ਕਹਿਣੀ ਵੀ ਜਿਹੜੇ ਕਾਰਨਾਮੇ ਤੇਰੇ ਪਿਓ ਨੇ ਕੀਤੇ ਨਾ, ਐਂ ਉਹ ਜੇਲ੍ਹ ਚੋਂ ਬਾਹਰ ਨੀ ਨਿਕਲਣ ਲੱਗਿਆ। ਭੈਣ ਜੀ ਜੇ ਚੰਗਾ ਨੀ ਨਾ ਕਹਿਣਾ ਆਉਂਦਾ, ਮਾੜਾ ਵੀ ਨਾ ਕਿਹਾ ਕਰੂ, ਸਾਡੇ ਦਿਲ ਤੇ ਪਤਾ ਕਿੱਡੀ ਸੱਟ ਲੱਗਦੀ ਆ। ਲੈ ਸੱਚੀ ਗੱਲ ਤੇ ਤਾਂ ਫਿਰ ਮਿਰਚਾਂ ਲੱਗਦੀਆਂ ਹੀ ਨੇ, ਮੈਂ ਕੋਈ ਝੂਠ ਬੋਲਿਆਗਾ। ਮਨਿੰਦਰ ਤੂੰ ਜਾ ਪੁੱਤ। ਕੋਈ ਗੱਲ ਨੀ, ਮੈਂ ਤੁਸੀਂ ਅੰਦਰ ਜਾਓ, ਤੁਸੀਂ ਜਾਓ ਮਾੜਾ ਮਾੜਾ ਦੇਖ ਲਓ, ਨਾਲੇ ਇਹਨੂੰ ਸੰਭਾਲ ਲਓ ਉੱਥੇ। ਹਾਂ ਪੁੱਤ ਹਾਂ, ਮੈਂ ਖੜਿਆਉਣੀ, ਨਾਲੇ ਇਹਨੂੰ ਦੁੱਧ ਪਿਲਾ ਦਿੰਦੀ, ਨਾਲੇ ਮੰਮੀ ਮਾੜਾ ਮੋਟਾ ਸੋਚ ਤਾਂ ਲਿਆ ਕਰੂ ਬੋਲਣ ਲੱਗੇ। ਮੈਂ ਸੋਚ ਕੇ ਹੀ ਬੋਲਿਆ, ਤੂੰ ਸੋਚ ਕੇ ਬੋਲਿਆ ਕਰ ਮੇਰੇ ਨਾਲ, ਨਾਲੇ ਕੰਮ ਕੰਮ ਕਰੀ ਜਾਂਦੇ ਹੋ, ਸਾਰੇ ਕੰਮ ਤਾਂ ਨਿਬੜ ਜਾਂਦੇ ਆ, ਤੁਸੀਂ ਕਿਹੜਾ ਕਿਸੇ ਕੰਮ ਨੂੰ ਹੱਥ ਲਾਉਣਾ ਹੁੰਦਾ। ਜਬ ਆ ਗਿਆ, ਮੱਥਾ ਟੇਕਿਆ ਤੂੰ, ਹਰੇ ਗੱਲ ਚ ਲੱਗ ਜੂ ਬਹਿਸ ਕਰਨ, ਬੁਲਾ ਲੈ ਇਹਨਾਂ ਨੂੰ ਜਿੰਨਾ ਮਰਜ਼ੀ। ਭੈਣ ਜੀ। ਹਾਂਜੀ ਕੀ ਗੱਲ ਹੋ ਗਈ, ਤੁਸੀਂ ਰੋਈ ਕਾਹਤੋਂ ਜਾਂਦੇ ਹੋ? ਰੋਣਾ ਤੇ ਇਸ ਗੱਲ ਦਾ ਜ਼ਰੂਰ ਜੀ। ਕੀ ਗੱਲ ਹੋ ਗਈ? ਨਾਲ ਵਾਲੇ ਪਿੰਡ ਚ ਰਹਿਣੀ ਆ ਮੈਂ। ਅੱਛਾ। ਮੇਰੇ ਘਰ ਵਾਲਾ ਅਮਲੀ ਹੈ, ਸੱਸ ਸਹੁਰੇ ਨੇ ਮੈਨੂੰ ਘਰੋਂ ਕੱਢਤਾ, ਮੇਰੇ ਦੋ ਜਵਾਕ ਨੇ ਉਹਨਾਂ ਨੇ ਆਪਣੇ ਰੱਖ ਲਏ, ਕਹਿੰਦੇ ਜੀ ਹੁਣ ਤੂੰ ਘਰੇ ਬੜੀ, ਤੈਨੂੰ ਜਿਉਂਦੀ ਨੂੰ ਮਾਰ ਦਾਂਗੇ। ਤੁਸੀਂ ਚੁੱਪ ਕਰੋ ਜੀ, ਰੋਵੋ ਨਾ, ਆਈ ਆ ਜਦੋਂ ਰੱਬ ਕਰੋਪੀ ਹੋ ਜਾਣਾ, ਬਸ ਉਦੋਂ ਸਾਰੇ ਪਾਸੇ ਮਾਰਾਂ ਪੈਣ ਲੱਗ ਜਾਂਦੀਆਂ। ਤੁਸੀਂ ਰੋਵੋ ਨਾ ਬਸ, ਤੁਸੀਂ ਮੇਰੀ ਛੋਟੀ ਭੈਣਾਂ ਵਰਗੀ ਹੋ, ਜੇ ਕੋਈ ਕੰਮ ਧੰਦਾ ਹੈਗਾ ਤੁਹਾਡੇ ਘਰੇ ਮੈਂ ਉਹ ਵੀ ਕਰ ਲੂੰਗੀ, ਬਸ ਮੈਨੂੰ ਰਹਿਣ ਨੂੰ ਛੱਤ ਚਾਹੀਦੀ ਆ, ਦੋ ਟਾਈਮ ਦੀ ਰੋਟੀ, ਜਿਹੜਾ ਮਰਜ਼ੀ ਕੰਮ ਕਹੋਗੇ ਉਹੀ ਕਰ ਲੂੰਗੀ ਮੈਂ, ਹੱਥ ਬੰਨ ਕੇ ਬੇਨਤੀ ਆ, ਪੈਰੀਆਂ ਲਾ ਦਿੰਦੀ ਆ। ਨਾ ਤੁਸੀਂ ਹੱਥ ਨਾ ਬੰਨੋ, ਕੋਈ ਗੱਲ ਨੀ, ਜੇ ਤੁਸੀਂ ਮੈਨੂੰ ਛੋਟੀ ਭੈਣ ਕਿਹਾ ਤਾਂ ਤੁਸੀਂ ਵੀ ਤਾਂ ਵੱਡੀਆਂ ਭੈਣਾਂ ਵਰਗੇ ਹੋ ਮੇਰੇ, ਪਰ ਗੱਲ ਇਹ ਆ ਕੰਮ ਤੇ ਜਵਾਕ ਸਾਂਭ ਲੂੰਗੇ ਤੁਸੀਂ? ਹਾਂ ਹਾਂ ਸਾਂਭ ਲੂੰਗੀ ਜਵਾਕ, ਆਪਦੇ ਵੀ ਮੈਂ ਪਾਲੇ ਨੇ ਜਵਾਕ, ਪਰ ਕੀ ਕਰਾਂ ਹੁਣ ਮੇਰੀ ਮਜਬੂਰੀ ਬਣ ਗਈ। ਨਾ ਫਿਰ ਤੁਸੀਂ ਪੇਕੇ ਕਿਉਂ ਨੀ ਗਏ ਆਪਦੇ, ਜੇ ਇਹਨਾਂ ਨੇ ਘਰੋਂ ਕੱਢਤਾ ਸੀ ਉਹ ਗੱਲ ਕਰ ਲੈਂਦੇ ਤੁਹਾਡੇ ਹਸਬੈਂਡ ਨਾਲ? ਮੇਰੇ ਪੇਕਿਆਂ ਦੇ ਕੋਈ ਨੀ, ਨਾ ਮੇਰੇ ਮਾਂ ਬਾਪ, ਨਾ ਮੇਰਾ ਕੋਈ ਭੈਣ ਭਾਈ, ਮੈਂ ਤਾਂ ਬਸ ਇੱਕ ਅਨਾਥ ਮੰਗੂ ਆ, ਹੁਣ ਕੋਈ ਸਹਾਰਾ ਨੀ ਮੇਰਾ। ਚਲੋ ਤੁਸੀਂ ਰੋ ਨਾ ਜੀ, ਇੱਥੇ ਤਾਂ ਬੰਦੇ ਬੰਦੇ ਦਾ ਸਹਾਰਾ ਹੁੰਦਾ, ਕੋਈ ਗੱਲ ਨੀ, ਕੰਮ ਤੇ ਮੈਂ ਰੱਖ ਲੂੰਗੀ ਤੁਹਾਨੂੰ। ਬਾਕੀ ਇਹ ਆ ਵੀ ਅੱਜ ਕੱਲ ਨਾ ਕਿਸੇ ਤੇ ਭਰੋਸਾ ਨੀ ਹੁੰਦਾ ਛੇਤੀ ਛੇਤੀ, ਵੀ ਕੱਲ ਨੂੰ ਕੋਈ ਲਾਂਬੇ ਨੂੰ ਥਾਂ ਹੋ ਜੇ, ਮੁੜ ਕੇ ਘਰ ਦੇ ਮੈਨੂੰ ਬੋਲਣ। ਨਾ ਮੈਂ ਤੈਨੂੰ ਛੋਟੀ ਭੈਣ ਬਣਾਇਆ ਨਾ, ਭੈਣ ਬਣਾ ਕੇ ਰੱਖੂਗੀ, ਮੇਰੇ ਵੱਲੋਂ ਤੈਨੂੰ ਕੋਈ ਲਾਂਭਾ ਨੀ ਆਊਗਾ, ਅੱਖਾਂ ਮੀਚ ਕੇ ਮੇਰੇ ਤੇ ਭਰੋਸਾ ਕਰ ਲੈ, ਜਿਹੜਾ ਮਰਜ਼ੀ ਕੰਮ ਕਹੇਗੀ
ਗੋਹਾ ਵੀ ਛਿੱਟੂ, ਝਾੜੂ ਪੋਚਾ ਵੀ ਲਾਉ, ਕੱਪੜਾ ਲੀੜਾ ਵੀ ਧੋ, ਬਸ ਮੈਨੂੰ ਕੋਈ ਪੈਸਾ ਟਕਾ ਕੁਛ ਨੀ ਚਾਹੀਦਾ, ਇੱਕ ਰੋਟੀ ਤੇ ਇੱਕ ਛੱਤ ਚਾਹੀਦੀ ਹੈ ਭੈਣ ਬਣ ਕੇ। ਨਾ ਨਾ, ਤੁਹਾਡੀ ਮਿਹਨਤ ਦੇ ਪੈਸੇ ਤੁਹਾਨੂੰ ਮਿਲਿਆ ਹੀ ਕਰਨਗੇ, ਹੁਣ ਜੇ ਤੁਸੀਂ ਕੰਮ ਕਰੋਗੇ ਅਸੀਂ ਪੈਸਾ ਕਿਵੇਂ ਲੁਕੋ ਕੇ ਰੱਖ ਸਕਦੇ ਹਾਂ ਤੁਹਾਡੇ ਤੋਂ? ਮੈਂ ਪੈਸਾ ਕੀ ਕਰਨਾ, ਮੈਂ ਕਿਹੜਾ ਉਹਦੇ ਜਵਾਕਾਂ ਕੋਲੇ ਲੈ ਕੇ ਜਾਣਾ। ਕੋਈ ਗੱਲ ਨੀ, ਹੌਲੀ ਹੌਲੀ ਸਭ ਕੁਛ ਸੈੱਟ ਹੋਜੂਗਾ, ਜਦੋਂ ਮਾੜੇ ਜਵਾਕ ਵੱਡੇ ਹੋ ਗਏ ਆਪੇ ਆਪਣੀ ਮਾਂ ਕੋਲ ਆਉਣਗੇ, ਜਿਹਨਾਂ ਨੂੰ ਪਤਾ ਲੱਗਿਆ ਵੀ ਮੇਰੀ ਮਾਂ ਨਾਲ ਇਹੋ ਜਿਹਾ ਕੁਛ ਹੋਇਆ। ਬਸ ਮੇਰੀ ਬੇਨਤੀ ਹੈ। ਕੋਈ ਗੱਲ ਨੀ, ਆਪਾਂ ਇੱਕ ਵਾਰ ਤੁਸੀਂ ਮੇਰੇ ਨਾਲ ਚੱਲੋ, ਮੈਂ ਮੇਰੀ ਸੱਸ ਨਾਲ ਗੱਲ ਕਰ ਲੈਂਦੀ ਹਾਂ, ਠੀਕ ਹੈ? ਤੇ ਜਿਵੇਂ ਕਹਿਣਗੇ ਫਿਰ ਆਪਾਂ ਉਵੇਂ ਹੀ ਕਰ ਲਾਂਗੇ, ਪਰ ਬਸ ਕੋਈ ਲਾਂਭਾ ਨਾ ਦਵਾਇਓ, ਮੇਰੀ ਵੀ ਬੇਨਤੀ ਹੈ ਤੁਹਾਡੇ ਅੱਗੇ। ਨਹੀਂ, ਕੋਈ ਲਾਂਭਾ ਨਹੀਂ ਆਉਣ ਦਿੰਦੀ ਮੈਂ, ਮੈਂ ਤਾਂ ਪਹਿਲੀ ਕਿਸਮਤ ਦੀ ਮਾੜੀ ਹਾਂ, ਮੈਂ ਕਿਸੇ ਦਾ ਮਾੜਾ ਕਰਕੇ ਕਿੱਥੇ ਜਾਊਂਗੀ? ਚਲੋ ਕੋਈ ਗੱਲ ਨੀ, ਤੁਸੀਂ ਰੋ ਨਾ, ਜਿੰਨਾ ਟਾਈਮ ਮਰਜ਼ੀ ਆਪਣੇ ਘਰੇ ਰਹੋ, ਆਪਣੀ ਥਾਂ ਹੈਗੀ ਆ, ਤੁਸੀਂ ਆ ਜਾਓ ਮੇਰੇ ਨਾਲ ਚੱਲੋ, ਆ ਜਾਓ, ਬਸ ਰੋ ਨਾ, ਕੁਛ ਨੀ ਹੁੰਦਾ, ਸਾਰਾ ਕੁਛ ਆਪੇ ਹੌਲੀ ਹੌਲੀ ਠੀਕ ਹੋ ਜਾਊਗਾ। ਆ ਜਾਓ ਇੱਧਰਲੇ ਗੇਟ 'ਤੇ ਚੱਲਦੇ ਹਾਂ।